ਸਾਡੇ ਮਾਨਯੋਗ ਸੀਐਮ ਸਾਹਿਬ ਦੇ ਦਿਸ਼ਾ ਨਿਰਦੇਸ਼ ਨੇ ਕਿ ਪੰਜਾਬ ਨੂੰ ਆਪਾਂ ਡਰੱਗ ਫਰੀ ਕਰਨਾ ਅਤੇ ਗੈਂਗਸਟਰ ਜਿਹੜਾ ਕਲਚਰ ਹੈ ਉਹਨੂੰ ਫਿਨਿਸ਼ ਕਰਨਾ। ਉਹਦੇ ਤਹਿਤ ਹੀ ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੂੰ ਬੜੀ ਅੱਛੀ ਕਾਮਯਾਬੀ ਮਿਲੀ ਹੈ। 3 ਕਿਲੋ ਹੀਰੋਇਨ ਫੜੀ ਗਈ ਹੈ, ਬਰਾਮਦ ਹੋਈ ਹੈ। ਇੱਕ ਇਨੋਵਾ ਕਾਰ ਅਤੇ 9 ਲੱਖ ਡਰੱਗ ਮਨੀ ਕੈਸ਼ ਇਹ ਫੜਿਆ ਗਿਆ। ਇਹਦੇ 'ਚ 4 ਮੁਲਜ਼ਮ ਨੇ ਜਿਹੜੇ ਗ੍ਰਿਫਤਾਰ ਹੋਏ ਆ, ਵਿਕਰਮਜੀਤ ਸਿੰਘ, ਰਿਸ਼ਪਾਲ ਸਿੰਘ, ਗੌਰਵ ਉਰਫ ਕਾਲੀ ਅਤੇ ਸਾਹਿਲ ਕੁਮਾਰ। ਇਹ ਜਿਹੜਾ ਰਿਸ਼ਪਾਲ ਹੈ, ਕਿੰਗ ਪਿੰਨ ਹੈ ਇਹਦਾ, ਇਸ ਜਿਹੜਾ ਡਰੱਗ ਕਾਟਲ ਹੈ ਉਹਦੇ 'ਚ ਇਹ ਪੁਰਾਣੇ ਪਹਿਲਾਂ ਵੀ ਇੱਥੇ ਮੁਕੱਦਮੇ ਦਰਜ ਹੈ। ਇੱਕ ਸਰਾਏ ਅਮਾਨਤ ਖਾਨ ਦਾ ਹੈ, ਇੱਕ ਲੋਪੋਕੇ ਥਾਣੇ ਦਾ ਵੀ ਹੈ। ਸੋ ਬੇਸਿਕਲੀ ਇਹ ਜੇਲ੍ਹ ਦੇ ਵਿੱਚੋਂ ਹੀ ਸਾਰਾ ਸੰਪਰਕ ਹੋਇਆ। ਔਰ ਜੇ ਆਪਾਂ ਦੇਖੀਏ ਤਾਂ ਇਹਨਾਂ ਦਾ ਪ੍ਰੋਫੈਸ਼ਨ ਵਾਈਜ਼ ਜ਼ਿਆਦਾਤਰ ਕੋਈ ਆਟੋ ਚਲਾ ਰਿਹਾ, ਕੋਈ ਟੈਕਸੀ ਚਲਾ ਰਿਹਾ। ਰਿਸ਼ਪਾਲ ਸਿੰਘ ਨੇ ਸਾਰਿਆਂ ਨੂੰ ਇਹਨੂੰ ਕਲੱਬ ਕੀਤਾ ਅਤੇ ਆਪਣਾ ਨੈਟਵਰਕ ਚਲਾਇਆ। ਸੋ ਮੈਂ ਸਮਝਦਾ ਕਿ ਬਹੁਤ ਵੱਡੀ ਸਾਡੀ ਟੀਮ ਦੀ ਕਾਮਯਾਬੀ ਹੈ, ਜਿਸ ਮਿਸਟਰ ਹਰਪ੍ਰੀਤ ਮੰਡੇਰ ਨੇ, ਅਭਿਮਨਿਊ ਰਾਣਾ ਜੀ ਨੇ ਅਤੇ ਪ੍ਰਭਜੋਤ ਵਿਰਕ ਨੇ, ਸਾਡੇ ਕਮਲਜੀਤ ਅਤੇ ਅਮੋਲਕ, ਇਹ ਇਹਨਾਂ ਦਾ ਬੜਾ ਅੱਛਾ ਕਾਰਗੁਜ਼ਾਰੀ ਰਹੀ ਹੈ। ਔਰ ਮੈਂ ਸਾਰੀ ਟੀਮ ਨੂੰ ਮੁਬਾਰਕਬਾਦ ਦਿੰਦਾ। ਨੈਕਸਟ ਜਿਹੜਾ ਦੂਸਰਾ ਹੈਗਾ ਉਹ ਸਾਡੀ CIA 2 ਦੀ ਟੀਮ ਨੇ, ਇੰਸਪੈਕਟਰ ਦਿਲਬਾਗ ਸਿੰਘ ਅਤੇ ਸਾਰੇ ਔਫਿਸਰ ਦੀ ਰਹਿਨਮਾਈ 'ਚ, ਉਹ ਇਹ 13.32 ਬੋਰ ਦੇ ਪਿਸਟਲ ਬਰਾਮਦ ਕੀਤੇ। ਇਹ ਵੀ ਮੱਧ ਪ੍ਰਦੇਸ਼ ਤੋਂ ਆਏ ਸੀ। ਔਰ ਇੱਕ ਜਿਹੜਾ ਪੁਰਾਣਾ ਕ੍ਰਿਮੀਨਲ ਹੈ ਅੰਮ੍ਰਿਤਪਾਲ ਸਿੰਘ, ਇਹਦੇ ਖਿਲਾਫ਼ ਪਹਿਲਾਂ ਵੀ ਜਿਹੜੇ 8 ਮੁਕੱਦਮੇ ਦਰਜ ਨੇ ਵੱਖਰੇ ਵੱਖਰੇ ਪੁਲਿਸ ਸਟੇਸ਼ਨ, ਸਪੈਸ਼ਲੀ ਤਰਨ ਤਾਰਨ ਅਤੇ ਅੰਮ੍ਰਿਤਸਰ ਰੂਰਲ ਦੇ ਵਿੱਚ। ਇਹ ਬੰਦਾ ਵੀ ਪੁਰਾਣਾ ਕ੍ਰਿਮੀਨਲਸ ਨਾਲ ਜੁੜਿਆ ਹੋਇਆ। ਔਰ ਉਹਦੇ 'ਚ ਇੱਕ ਗੱਲ ਹੋਰ ਨਵੀਂ ਆਈ ਹੈ ਇਹਦੇ 'ਚ ਇੰਪੋਰਟੈਂਟ, ਕਿ ਇੱਥੋਂ ਕੁਛ ਇਹ ਡਰੱਗ ਵੀ ਲੈ ਕੇ ਜਾਂਦਾ ਸੀ ਮੱਧ ਪ੍ਰਦੇਸ਼ ਤੋਂ, ਸਮਾਲ ਕੁਆਂਟਿਟੀ 'ਚ। ਸੋ ਉਹਨਾਂ ਨਾਲ ਇੱਕ ਜਿਹੜਾ ਰਿਲੇਸ਼ਨਸ਼ਿਪ ਆਫ ਕਨਵੀਨੀਅੰਸ ਬਣਿਆ ਹੋਇਆ ਸੀਗਾ। ਇਹਦੇ 'ਚ ਵੀ ਜਿਹੜੀ ਇਹਤੋਂ I-20 ਵਹੀਕਲ ਵੀ ਫੜੀ ਗਈ ਹੈ। ਔਰ ਸਾਰਾ ਇਹਦੇ ਮਨੀ ਟ੍ਰੇਲ ਵੀ ਅਸੀਂ ਦੇਖ ਰਹੇ ਹਾਂ। ਔਰ ਮੱਧ ਪ੍ਰਦੇਸ਼ ਦਾ, ਜਿਵੇਂ ਤੁਹਾਨੂੰ ਪਹਿਲਾਂ ਵੀ ਕਿਹਾ, ਕਾਫੀ ਹਾਈਐਸਟ ਲੈਵਲ 'ਤੇ ਗੱਲ ਉਹਨਾਂ ਦੀ ਟੇਕਅਪ ਹੋਈ ਹੋਈ ਹੈ। ਐਂਡ ਮੇਰਾ ਖਿਆਲ ਕੁਛ ਓਪਰੇਸ਼ਨ ਜਾਂ ਐਕਸ਼ਨ ਉੱਥੇ ਆਲਰੇਡੀ ਸ਼ੁਰੂ ਹੋ ਚੁੱਕਿਆ। ਦੇਖੋ, ਆਪਾਂ ਜਿਹੜੀ ਕੋਂਸਟੈਂਟ ਪੁਲਿਸ ਦਾ ਵਰਕ ਹੈ ਉਹਦੇ 'ਚ ਮੈਂ ਤੁਹਾਨੂੰ ਪਹਿਲਾਂ ਵੀ ਜ਼ਿਕਰ ਕੀਤਾ ਜਦੋਂ ਆਪਾਂ ਆਏ ਸੀ, ਪ੍ਰਵੈਂਸ਼ਨ ਐਂਡ ਡਿਟੈਕਸ਼ਨ ਆਫ ਕ੍ਰਾਈਮ। ਸੋ ਪ੍ਰਵੈਂਸ਼ਨ ਦੇ ਵਿੱਚ ਆਲਰੇਡੀ ਅਸੀਂ ਬਹੁਤ ਜ਼ਿਆਦਾ ਪ੍ਰਵੈਂਟਿਵ ਐਕਸ਼ਨ ਲਿਆ। ਅੱਜ ਦੀ ਕਿਉਂਕਿ ਪ੍ਰੈਸ ਕਾਨਫਰੰਸ ਹੈ, ਇਹਨੂੰ ਤੁਹਾਡੇ ਨਾਲ ਫਿਰ ਸ਼ੇਅਰ, ਕੱਲ੍ਹ ਪਰਸੋਂ ਮੈਂ ਪ੍ਰੈਸ ਨੋਟ ਦੇ ਰਾਹੀਂ ਕਰ ਦਾਂਗਾ ਜਿਹੜੀ ਤੁਹਾਡੀ ਗੱਲ ਹੈ। ਉਹਦੇ 'ਤੇ ਅਸੀਂ ਆਲਰੇਡੀ ਕੰਮ ਕਰ ਰਹੇ ਹਾਂ। ਸਟ੍ਰੇਂਜਰ ਰੋਲਸ ਹੁੰਦੇ, ਪਰਚੇ ਅਜਨਬੀ ਕਹਿੰਦੇ ਉਹਨਾਂ ਨੂੰ, ਉਹ ਵੀ ਸਾਰੀ ਵੈਰੀਫਿਕੇਸ਼ਨ ਜਿਹੜੀ ਡਰਾਈਵ ਅਸੀਂ ਉਹਨੂੰ ਆਪਣੇ ਪਾਲਿਸੀ 'ਚ ਰੱਖਿਆ ਹੋਇਆ। ਨੈਕਸਟ ਫੇਜ਼ ਦੇ ਵਿੱਚ ਉਹ ਵੀ ਹੋਏ। ਦੇਖੋ, ਅਲੱਗ ਅਲੱਗ ਮੁਕੱਦਮੇ, 8 ਮੁਕੱਦਮਿਆਂ 'ਚ ਬੰਦਾ ਦੋਸ਼ੀ ਹੈ ਜੀ। ਆਰਮਸ ਐਕਟ ਦੇ ਵੀ ਹੈਗੇ ਆ, ਉਹ ਸਾਰਾ ਅਸੀਂ ਕਢਾ ਰਹੇ ਹਾਂ ਤੁਹਾਡੇ ਨਾਲ ਸ਼ੇਅਰ ਕਰਕੇ। ਇਹਨੂੰ ਬੜਾ ਡੀਪਲੀ ਸਾਰੀ ਇਨਵੈਸਟੀਗੇਸ਼ਨ ਹੋਏਗੀ। ਦੇਖੋ, ਆਪਾਂ ਨੂੰ ਸਾਰਿਆਂ ਨੂੰ ਪਤਾ, ਆਉਂਦੀ ਤਾਂ ਅਕਰੋਸ ਬਾਰਡਰ ਹੀ ਹੈ ਜੀ। ਇਹਦਾ ਸੋਰਸ ਅਸੀਂ ਕਰ ਰਹੇ ਹਾਂ, ਤੁਹਾਨੂੰ ਜਲਦੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਕਿ ਇਹਦਾ ਸੋਰਸ ਤੱਕ ਅਸੀਂ ਪਹੁੰਚ ਜਾਈਏ ਇੱਕ ਵਾਰ। ਪੈਸਾ, ਦੇਖੋ ਮੈਂ ਉਸ ਬਾਰੇ ਕੋਈ ਕਮੈਂਟ ਨਹੀਂ ਕਰਨਾ ਚਾਹੁੰਦਾ, ਪਰ ਤੁਹਾਨੂੰ ਵੀ ਪਤਾ ਕਿ ਜਿੱਥੇ ਵੀ ਹਿਊਮਨ ਰਹਿੰਦੇ ਆ ਉੱਥੇ ਕੋਈ ਨਾ ਕੋਈ ਇਹੋ ਜਿਹਾ ਸਿਸਟਮ ਬਣਾ ਲੈਂਦੇ ਆਪਣਾ ਕਮਿਊਨੀਕੇਸ਼ਨ ਦਾ। ਪਰ ਉਹਨੂੰ ਮਤਲਬ ਆਈ ਡੋਂਟ ਵਾਂਟ ਟੂ ਕਮੈਂਟ ਔਨ ਐਨੀਥਿੰਗ। ਜਿਹੜਾ ਸਾਡਾ ਕੰਮ ਹੈ ਅਸੀਂ ਤੁਹਾਡੇ ਨਾਲ ਸ਼ੇਅਰ ਕੀਤਾ ਜੀ। ਇਹ ਚੈੱਕ ਕਰਦੇ ਹਾਂ ਜੀ। ਹੁਣ ਇਹਦੇ ਕਹਿਣ ਮੁਤਾਬਕ ਤਾਂ ਹੈਗਾ ਵੀ ਸਾਨੂੰ 50,000 ਜਾਂ ਜ਼ਿਆਦਾ ਪੈਸੇ ਬਚਦੇ ਇੱਕ ਪਿਸਟਲ ਦੇ, ਮਤਲਬ ਬਟ ਇਟ ਇਜ਼ ਸਬਜੈਕਟ ਟੂ ਵੈਰੀਫਿਕੇਸ਼ਨ। ਮੱਧ ਪ੍ਰਦੇਸ਼ ਜੀ। ਦੇਖੋ, ਜਿਹੜੀ ਸਿੰਥੈਟਿਕ ਡਰੱਗਸ ਦੀ ਆਪਣੀ ਰਿਕਵਰੀ ਹੋਈ ਸੀ ਪਿੱਛੇ ਗੋਲੀਆਂ ਦੀ, ਟ੍ਰੈਮਾਡੋਲ ਦੀ, ਉਹਦੇ 'ਚ ਅਸੀਂ ਬਹੁਤ ਜ਼ਿਆਦਾ ਡਿਟੇਲ 'ਚ ਇਨਵੈਸਟੀਗੇਸ਼ਨ ਸਾਡੀ ਚੱਲ ਰਹੀ ਹੈ। ਔਰ ਬੈਕਵਰਡ ਲਿੰਕੇਜਿਸ ਸਾਰੇ ਅਸੀਂ ਉਹਨੂੰ, ਬੈਂਕ ਅਕਾਊਂਟਸ ਐਂਡ ਔਰ ਐਵਰੀਥਿੰਗ ਇਜ਼ ਬੀਂਗ ਐਗਜ਼ਾਮਿਨਡ। ਉਹ ਮੈਂ ਇਸ ਸਟੇਜ 'ਤੇ ਤੁਹਾਡੇ ਨਾਲ ਸ਼ੇਅਰ ਨਹੀਂ ਕਰ ਸਕਦਾ, ਪਰ ਸਾਡਾ ਇਹ ਮਕਸਦ ਰਹਿੰਦਾ ਕਿ ਕਿਤੇ ਵੀ ਮੈਨੂਫੈਕਚਰਿੰਗ ਤੱਕ ਅਸੀਂ ਪਹੁੰਚੀਏ ਜਿੱਥੇ ਵੀ ਕੋਈ ਡਰੱਗ ਦੇ ਨਾਲ ਰਿਲੇਟਡ ਹੈ। ਦੇਖੋ, ਲਾਇਸੈਂਸਡ ਜਿਹੜੇ ਵੈਪਨ ਵਾਲੇ ਆਰਮਸ ਲਾਇਸੈਂਸ ਹੋਲਡਰ ਨੇ ਜੀ, ਉਹ ਤਾਂ ਸਾਡੇ ਨਿਗਾਹ 'ਚ ਨੇ, ਔਨ ਰਿਕਾਰਡ ਨੇ। ਇਹ ਤਾਂ ਸਾਰੇ ਇਲੀਗਲ ਵਾਲੇ ਆ। ਇਹਦੇ 'ਚ ਮੈਂ ਤੁਹਾਨੂੰ ਜਿਵੇਂ ਪਹਿਲਾਂ ਰਿਕੁਐਸਟ ਕੀਤੀ ਹੈ ਕਿ ਇਹਦੇ 'ਚ ਅਸੀਂ ਅੱਗੇ ਲਾ ਇਹ ਦੇਖਣਾ ਕਿ ਕੌਣ ਬੰਦੇ ਇਹਦੇ ਇਹਦੀ ਐਂਡ ਕਿਹਦੇ ਕੋਲ ਜਾ ਕੇ ਹੋਣਾ ਸੀਗਾ। ਉਹ ਇੰਪੋਰਟੈਂਟ ਆ ਸਾਡੇ ਵਾਸਤੇ ਵੀ ਉਹ ਕਿਉਂ ਮੰਗ ਰਹੇ ਆ, ਉਹਨਾਂ ਦਾ ਕੀ ਮਕਸਦ ਹੈ।
ਇਲੀਗਲ ਵੈਪਨ ਤਾਂ ਦੇਖੋ ਜਿੱਥੇ ਵੀ ਆਉਂਦਾ ਆਪਣੇ ਕੋਲ ਆਰਮਸ ਐਕਟ ਬੜਾ ਕਲੀਅਰ ਆ ਜੀ ਔਰ ਉਹਦੀ ਜਿਹੜੀ ਹੁਣ ਨਵੀਂ ਅਮੈਂਡਮੈਂਟ ਹੋਈ ਉਹ ਬੜੀ ਸਟ੍ਰਿਕਟ ਹੋ ਗਈ ਆ ਸਾਡੇ ਆਉਣ ਤੋਂ ਬਾਅਦ ਕਿੰਨੇ ਵੈਪਨ ਕਵਰ ਹੋ ਚੁੱਕੇ ਹਨ ਸਰ ਤਕਰੀਬਨ ਅਸੀਂ 27 ਦੇ ਕਰੀਬ ਕਰ ਚੁੱਕੇ ਹਾਂ ਜੀ ਐਗਜ਼ੈਕਟ ਮੈਨੂੰ ਨੰਬਰ ਨਹੀਂ ਯਾਦ ਤੋ ਆਈ ਐਪਰੀਸ਼ੀਏਟ ਕਿ ਦੇਖੋ ਪੁਲਿਸ ਅੱਛਾ ਕੰਮ ਕਰ ਰਹੀ ਹੈ ਤਾਂ ਹੀ ਸਰ ਕਿਸੇ ਗੱਲ ਨਹੀਂ ਦੀ ਉਹਦਾ ਵੀ ਸਰ ਇਹ ਬੰਦਾ ਪਹਿਲਾਂ ਹੀ ਤਾਂ ਤੁਸੀਂ ਕਿਹਾ ਕਿ ਰੱਖੀ ਹੈ ਭਾਈ ਸਾਹਿਬ ਤਾਂ ਹੀ ਫੜਿਆ ਗਿਆ ਉਹ ਕਰ ਰਹੇ ਹਾਂ ਜੀ ਮੈਂ ਤੁਹਾਨੂੰ ਤੁਹਾਨੂੰ ਦੇਖੋ ਪਤਾ ਕੀ ਜੇ ਆਪਾਂ ਇੱਥੇ ਗੱਲ ਕਰ ਦਿੰਦੇ ਹਾਂ ਫਿਰ ਗੱਲ ਨਿਕਲ ਜਾਂਦੀ ਹੈ ਅਗਲਾ ਅਲਰਟ ਹੋ ਕੇ ਆਪਣਾ ਭੱਜ ਜੂਗਾ ਬੰਦ ਕਰਕੇ ਉਹ ਫਿਰ ਥੋੜ੍ਹਾ ਜਿਹਾ ਕਈ ਗੱਲਾਂ ਤੁਹਾਨੂੰ ਵੀ ਪਤਾ ਹੀ ਆ ਸਾਰੀਆਂ ਜੀ ਕੀ ਜਾਣਕਾਰੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਸੋ ਮੈਂ ਇਹਨੂੰ ਵੀ ਬਹੁਤ ਵੱਡੀ ਕਾਮਯਾਬੀ ਮੰਗਦਾ ਬਹੁਤ ਜਿਹੜਾ ਡਰੱਗ ਫਰੰਟ ਐਂਡ ਗੈਂਗਸਟਰ ਫਰੰਟ ਦੇ ਉੱਤੇ ਜਲੰਧਰ ਵੀ ਹੋਈ ਹੈ ਸੇਮ ਮੱਧ ਪ੍ਰਦੇਸ਼ ਤੋਂ ਖੰਨੇ ਵਗੈਰਾ ਹੋਰ ਡਿਸਟ੍ਰਿਕਟਸ ਵੀ ਕਾਫੀ ਹੋਈ ਹੈ ਅੰਮ੍ਰਿਤਸਰ ਤਾਂ ਪੁਲਿਸ ਹੀ ਸਤਰਕ ਹੈ ਜੀ ਪਹਿਲਾਂ ਵੀ ਬੰਦਾ ਆਉਂਦੇ ਹੋਣਗੇ ਮੈਂ ਇਹ ਸੋਚਦਾ ਕਿ ਇਟ ਇਜ਼ ਅ ਗੁੱਡ ਇਨੀਸ਼ੀਏਟਿਵ ਪੁਲਿਸ ਨੂੰ ਸਗੋਂ ਆਪਾਂ ਨੂੰ ਪੈਟ ਕਰਨਾ ਚਾਹੀਦਾ ਹੈ ਰਾਦਰ ਇਹਨੂੰ ਪੋਜ਼ਿਟਿਵ ਵੇ 'ਚ ਲਈਏ ਕਿ ਜੇ ਪੁਲਿਸ ਦੀ ਡਿਟੈਕਸ਼ਨ ਬੈਟਰ ਹੈ ਜਾਂ ਪੁਲਿਸ ਦੀ ਇੰਟੈਲੀਜੈਂਸ ਬੈਟਰ ਹੈ ਤਾਂ ਇਹ ਰਿਕਵਰੀਜ਼ ਹੋ ਰਹੀਆਂ ਇੱਦਾਂ ਦੀ ਕੋਈ ਗੱਲ ਨਹੀਂ ਜੀ ਦੇਖੋ ਪਤਾ ਕੀ ਹੈ ਇਹ ਬੇਸਿਕਲੀ ਇੱਕ ਜੇ ਕੋਈ ਮੈਨੂਫੈਕਚਰਰ ਹੈ ਉਹਨੇ ਕੋਈ ਕਲਾਇੰਟ ਲੱਭਣਾ ਹੀ ਹੈ ਅਤੇ ਉਹਦੇ 'ਚ ਕੋਈ ਨਾ ਕੋਈ ਹਰੇਕ ਬੰਦੇ ਨੂੰ ਲਾਲਚ ਹੋ ਜਾਂਦਾ ਬੇਸਿਕਲੀ ਜਿਹੜੇ ਹਥਿਆਰਾਂ ਦੇ ਕਲਚਰ ਦੇ ਵਿੱਚ ਗੱਲ ਇਹ ਚੱਲੀ ਹੈ ਕਿ ਲਿਆ ਕੇ ਇੱਥੇ ਵੇਚਣ ਦਾ ਕੰਮ ਜ਼ਿਆਦਾ ਲੋਕ ਕਰ ਰਹੇ ਕ੍ਰਿਮੀਨਲਸ ਕਿਉਂਕਿ ਉਹਨਾਂ ਨੂੰ ਲੱਗਦਾ ਕਿ ਗੇੜੇ ਸਾਨੂੰ 4 ਪੈਸੇ ਬਚ ਜਾਣਗੇ ਜਿਵੇਂ ਡਰੱਗ ਦੇ ਵਿੱਚ ਪੈਸਾ ਮੇਨ ਹੈ ਇੱਦਾਂ ਹੀ ਜਿਹੜਾ ਵੈਪਨ ਇਹਦਾ ਨੈਟਵਰਕ ਹੈ ਰੈਕੇਟ ਹੈ ਇਹਦੇ 'ਚ ਵੀ ਇਹੀ ਗੱਲਾਂ ਸਾਹਮਣੇ ਆਉਂਦੀ ਨਹੀਂ ਅਭੀ ਕੋਈ ਸਾਹਮਣੇ ਨਹੀਂ ਆਈ ਬਾਤ 13 ਪਿਸਟਲਸ ਆਏ ਹੈ ਤੋ ਇਸਕਾ ਸਾਰਾ ਹਮ ਦੇਖੇਂਗੇ ਕਿ ਇਨਕੇ ਆਗੇ ਫਾਰਵਰਡ ਲਿੰਕ ਕਿਆ ਥੇ ਬੈਕਵਰਡ ਲਿੰਕ ਤੋਂ ਮੱਧ ਪ੍ਰਦੇਸ਼ ਹੋ ਗਏ ਕਿ ਉਨਕੋ ਕਿਸਕੇ ਪਾਸ ਜਾਣਾ ਥਾ ਵੋ ਵੀ ਸਾਰੇ ਬੰਦੇ ਇਸਮੇ ਨਾਮਜ਼ਦ ਕੀਏ ਜਾਏਂਗੇ ਐਂਡ ਵੀ ਵਿਲ ਇਨਵੈਸਟੀਗੇਟ ਜੀ ਬੰਦਾ ਸਾਹਿਬ ਇਹ ਗੈਂਗਸਟਰ ਯੂਜ਼ ਕਰ ਰਹੇ ਨੇ ਉਸ ਲਈ ਜਿਹੜੇ ਵੈਪਨ ਲੈ ਪੜੇ ਜਾ ਰਹੇ ਨੇ ਦੇਖੋ ਜੇ ਕੋਈ ਬਾਏ ਕਰਦਾ ਕੋਈ ਇਲੀਗਲ ਵੈਪਨ ਤੋ ਬੰਦਾ ਕ੍ਰਿਮੀਨਲ ਸੋਚਦਾ ਤਾਂ ਹੋ ਹੀ ਗਿਆ ਨਾ ਜੀ ਉਸ ਦਿਨ ਮੇਰਾ ਤਾਂ ਇਹ ਮੰਨਣਾ ਹੈ ਬਾਕੀ ਉਹ ਜਿਹੜੇ ਆਪਾਂ ਜਿੰਨੇ ਵੀ ਇਹਦੇ ਕੰਟੈਕਟਸ ਨੇ ਉਹਨਾਂ ਨੂੰ ਅਸੀਂ ਕਰਕੇ ਜਿਹਦਾ ਜਿਹਦਾ ਜੋ ਰੋਲ ਆਇਆ ਤੁਹਾਡੇ ਸਾਹਮਣੇ ਉਹ ਵੀ ਪੇਸ਼ ਕਰਾਂਗੇ ਐਂਡ ਉਹਨਾਂ ਨੂੰ ਬੁੱਕ ਕਰਾਂਗੇ ਤੁਸੀਂ ਪ੍ਰੈਸ ਕਾਨਫਰੰਸ ਦੇ ਵਿੱਚ ਵੀ ਪਿਸਟਲ ਫੜੇ ਗਏ ਸੀਗੇ ਤੁਸੀਂ ਪ੍ਰੈਸ ਕਾਨਫਰੰਸ ਕੀਤੀ ਸੀਗੀ ਤਾਂ ਉਹ ਜਿਹੜੇ ਪਿਸਟਲ ਸੀਗੇ ਉਹ ਜੱਗੂ ਭਗਵਾਨਪੁਰੀ ਗੈਂਗਸਟਰ ਦੇ ਨਾਲ ਸੰਬੰਧਿਤ ਸੀਗੇ ਕਿ ਉਹਦੇ ਕਨਸਾਈਨਮੈਂਟ ਇਹਦਾ ਕੋਈ ਗੈਂਗਸਟਰ ਸਾਹਮਣੇ ਨਹੀਂ ਅਜੇ ਸਾਹਮਣੇ ਨਹੀਂ ਆਇਆ ਜੀ ਇਹ ਪੁਰਾਣਾ ਆਪ ਹੀ ਕ੍ਰਿਮੀਨਲ ਹੈ ਮੈਂ ਤੁਹਾਨੂੰ ਜਿਵੇਂ ਦੱਸਿਆ 8 ਮੁਕੱਦਮੇ ਨੇ NDPS ਦਾ ਵੀ ਆਰਮਸ ਐਕਟ ਦੇ ਵੀ ਹੈ ਤਰਨ ਤਾਰਨ ਦੇ ਵਿੱਚ ਨੇ GRP ਪਟਿਆਲਾ ਕਾਫੀ ਮਤਲਬ ਪੁਰਾਣਾ ਹਾਰਡ ਐਂਡ ਕ੍ਰਿਮੀਨਲ ਹੈ ਔਰ ਮੇਨਲੀ ਅਜੇ ਗੱਲ ਇਹੀ ਆਈ ਕਿ ਮਨੀ ਵਾਸਤੇ ਇਹਨੂੰ ਲੱਗਿਆ ਕਿ ਮੈਂ ਆ ਕੇ ਇਹਦੇ ਜੋ 4 ਪੈਸੇ ਕਮਾ ਲਾਂ ਬਟ ਜਿਹੜਾ ਉਹ ਐਂਗਲ ਹੈ ਉਹ ਅਸੀਂ ਸਾਰੀ ਇਹਦੀ ਜਿਹੜੀ ਟੈਕਨੀਕਲ ਐਵੀਡੈਂਸ ਵੀ ਸਾਰੀ ਉਹਨੂੰ ਐਨਾਲਾਈਜ਼ ਕਰ ਰਹੇ ਹਾਂ ਦੇਖੋ ਇਹ ਤਾਂ ਕੋਰਟ ਦੇ ਵਿੱਚ ਮਾਲ ਮੁਕੱਦਮਾ ਜੀ ਇਟ ਇਜ਼ ਏ ਕੋਰਟ ਪ੍ਰੋਪਰਟੀ ਉਸ ਤੋਂ ਬਾਅਦ ਕੋਰਟ ਦੇ ਫੈਸਲੇ ਤੋਂ ਬਾਅਦ ਜਿੱਦਾਂ ਕੋਰਟ ਕਹਿੰਦੀ ਹੈ ਫਿਰ ਇਹ ਉੱਥੇ ਡਿਪੋਜ਼ਿਟ ਹੋ ਜਾਂਦੇ ਨੇ ਹਾਂ ਉਸ ਤੋਂ ਬਾਅਦ ਜਿਹੜਾ ਸਿਸਟਮ ਹੈਗਾ ਗਵਰਨਮੈਂਟ ਦਾ ਬਣਿਆ ਉਹਦੇ ਮੁਤਾਬਕ ਹੀ ਡਿਸਪੋਜ਼ਲ ਹੁੰਦੀ ਹੈ